बिस्मिल्लाहिर्रहमानिर्रहीम। अस्सलाम वालेकुम दोस्तों, मैं फ़खर सलीम, तो सारा यूट्यूब चैनल दे पे फ़खर टीवी। क्या हाल है? सही ठीक है वे? उम्मीद है जो तुसा इंशाल्लाह ठीक हो। सो दोस्तों, आज सारा टूर है पिया असा चक नंबर 439 TDA। साडा चक दे विच कज़न रहंदे बिलाल हुसैन, असा उको आज मिलन वेंदे पे हैं। उतां एक मशहूर और मारूफ दरबार है, उन दरबार ते ज़ियारत भी करनी है और बिलाल हुसैन को भी मिलने। तो रस्ते का व्यू भी दिखेने हैं। अगो रस्ते जाते चक नंबर 438 TDA, वो भी थोको दिखेने हैं। माशाल्लाह साढ़े नज़दीक नज़दीक चक्कें दे विच काफ़ी सारी आबादी है, रौनक लगती वेंदी है, आबादी लगती वेंदी है। अल्लाह ताला दी ज़ात मेहरबानी करे, इवें साडा इलाका, हर कहीं दा इलाका, साडा नहीं हर कहीं दा इलाका, ते साडा इलाका भी नाल नाल तरक्की करे और ज़बरदस्त सिस्टम नाल तरक्की च आवे, कारोबारी लिहाज नाल भी उत्ते आवे और खूबसूरती दे लिहाज नाल भी उत्ते आवे। तुहाकू टोटल व्यू करवे सूँ, अगो तो 438 लिखे सो, हूँ असा वे हैं 416 चाके च, और अगो 438 का व्यू करवेने हैं। तंजील ते मैं कट्ठे हैं पे, असा वल वेने 439 चाके च, उतां बिलाल हुसैन को मिलने और उतां दरबार है पई मशहूर मरूफ बाबा टल्ला अली सरकार, उतां ज़ियारत भी करनी से, वो भी करे सूँ, ते बिलाल हुसैन को मिल सूँ, तुहा को भी मिलवे सूँ इंशाल्लाह। जी दोस्तों, असा तो दसेंदे पे आसे कि असा ई टाइम बिलाल हुसैन दी दुकान ते पहुंच गए हैं। ये उन्हां दी दुकान है, किरियाना भी है, नाल मोबाइल शॉप भी है। तो आपको यका लिखे ने ई दुकान दे विच मेरी नाल स्टोर है, हर चीज़ इन दे विच ए सिस्टम है पिया। ए दुकान उन्हें दी है पई आकाश मोबाइल रिपेयरिंग शॉप है पई, ये उन्हें दी दुकान ही वे पई से आकाश उर्फ काशी किरियाना स्टोर। ये बिलाल हुसैन साढ़े कज़न हैं, सही इन्हें नाल थोड़ी मुलाकात भी करवेने हैं। अस्सलाम वालेकुम। वालेकुम अस्सलाम। ये सही साढ़े कज़न हैं पे, बिलाल हुसैन इन्हें दा नाम है पिया। आखण का मकसद ये कि सारे ई चैनल के हवाले नाल ये साड़ी बहु बेहद सपोर्ट करेंदे पैन और जड़ा ना बिल्कुल इन्हों की मुहब्बत है पी असा इन्हों को मिलन आए हैं।
ਜ਼ਰੂਰ ਤੁਹਾਕੂ ਇਹਨਾਂ ਦੇ ਨਾਲ ਬਾਰ ਬਾਰ ਸਾਡੀ ਮੁਲਾਕਾਤ ਥੀ ਸੀ। ਇਨਸ਼ਾਅੱਲਾ ਸਾਡੇ ਨਾਲ ਬਹੁ ਮੁਹੱਬਤ ਕਰਦੇ ਨੇ, ਬਹੁ ਤਾਵਨ ਕਰਦੇ ਪੈਣ। ਇਹਨਾਂ ਦਾ ਤੁਹਾਕੂ ਕਾਰੋਬਾਰੀ ਮਰਾਕਜ਼ ਵੀ ਲਿਖੇ ਨੇ ਹੈ, ਯੱਕਾ ਵਿਊ ਕਰਵੇਂਦੇ ਹੈ। ਮਿਹਰਬਾਨੀ ਸੀ ਬਿਲਾਲ ਹੁਸੈਨ। ਇਸੇ ਹੀ ਕਿੱਟੇ ਦੇ ਡੱਬੇ ਹਨ ਪਏ, ਤਾਰਾਂ ਵਗੈਰਾ ਹਰ ਚੀਜ਼, ਇਡੇ ਮੋਬਾਇਲ ਆਵੇਂ, ਮੋਬਾਇਲ ਬਣਾਉਂਦੇ ਵੀ ਹਨ, ਔਰ ਜਿਹੜਾ ਹੈ ਨਾ ਸਾਈ ਨਵੇਂ ਵੀ ਮਿਲ ਪੈਂਦੇ ਨੇ। ਇਹ ਟੀਵੀਆਂ ਦੇ ਰਿਮੋਟ ਹਨ ਪਏ, ਇਹ ਪਰਦੇ ਨੇ ਸਪੀਕਰਾਂ ਦੇ, ਇਹ ਸਾਰਾ ਕੰਮ ਖੁਦ ਕਰਦੇ ਨੇ ਬਿਲਕੁਲ। ਇਹਨਾਂ 30 ਦੁਕਾਨਾਂ ਦੇ ਉੱਤੇ ਇਹ ਆਪ ਕੰਮ ਕਰਦੇ ਨੇ, ਆਪ ਚੱਲਦੇ ਨੇ। ਇਹ ਇਹਨਾਂ ਦਾ ਕਰਿਆਨਾ ਸਟੋਰ ਹੈ ਪਿਆ, ਇਹਦੇ ਵਿੱਚ ਇਹ ਟੀਵੀ, ਇਹ ਟਾਫੀਆਂ, ਬੋਤਲਾਂ, ਹਰ ਚੀਜ਼, ਕਾਪੀਆਂ, ਪਿੰਸਲਾਂ, ਕਿਤਾਬਾਂ, ਹਰ ਚੀਜ਼ ਹੈ ਪਈ ਇਹਨਾਂ ਕੋਲ। ਯਾਨੀ ਕਿ ਖਾਣ ਪੀਣ ਦੀ ਅਸ਼ਿਆ ਵੀ ਹੈ, ਔਰ ਪੜ੍ਹਨ ਵਾਸਤੇ ਬਾਲਿਆਂ ਦੇ ਕਾਇਦੇ, ਕਿਤਾਬਾਂ, ਪਿੰਸਲਾਂ, ਇਹ ਚੀਜ਼ਾਂ ਵੀ ਹਨ ਪਈਆਂ। ਇਹ ਤੁਹਾਨੂੰ ਦਿਖਾ ਦਿੱਤੇ ਸੇ, ਔਰ ਇਹ ਇਹਨਾਂ ਦਾ ਹੈ ਪਿਆ ਜਰਨਲ ਸਟੋਰ। ਮਾਸ਼ਾਅੱਲਾ ਜ਼ਬਰਦਸਤ ਨਿਜ਼ਾਮ ਹੈ। ਤੁਹਾਨੂੰ ਮੈਂ ਘਰੋਂ ਟੋਰਾ ਹਾਂ ਵੀ ਦਸਾਇਆ ਹਾਂ ਵੀ ਕਿ ਮੈਂ ਬਿਲਾਲ ਹੁਸੈਨ ਕੋ ਮਿਲਣਾ ਹੈ, ਔਰ ਇਹਦੋ ਜੁੱਤੀਆਂ ਹੀ ਹਨ ਛੋਟੇ ਬਾਲਾਂ ਦੇ, ਯਕੇ ਇਹ ਫਰਿੱਜ ਹੈ ਉਹਨਾਂ ਦੀ, ਘਰ ਵੀ ਥਾਈ ਹੀ ਨੇ ਪਿਆ ਟੋਟਲ ਸਿਸਟਮ। ਯਾਨੀ ਕਿ ਅਗਲੇ ਪਾਸੇ ਫਰੰਟ ਦੇ ਉੱਤੇ ਰੋਡ ਦੇ ਉੱਤੇ ਦੁਕਾਨਾਂ ਹਨ, ਔਰ ਪਿਛਲੇ ਪਾਸੇ ਜਿਹੜਾ ਹੈ ਦੁਕਾਨਾਂ ਦੇ ਪਿਛਲੇ ਪਾਸੇ ਨਾਲ ਉਹਨਾਂ ਦਾ ਘਰ ਹੈ। ਸਾਰੇ ਨਾਲ ਬਹੁ ਮੁਹੱਬਤ ਕਰਦੇ ਨੇ, ਬਿਹਤਰੀਨ ਸਿਸਟਮ ਜਿਹੜਾ ਹੈ ਇਹ ਉਹਨਾਂ ਦੀ ਦੁਕਾਨ ਹੈ ਭਾਈ। ਅਤੇ ਹੁਣ ਤੁਹਾਨੂੰ ਦਿਖੇ ਸੋ, ਜਿਵੇਂ ਕਿ ਅਸਾਂ ਤੁਹਾਨੂੰ ਆਖਾ ਹਾਈ ਵੀ ਅਸਾਂ ਦਰਬਾਰ 'ਤੇ ਵੱਜਣਾ, ਬਾਬਾ ਟੱਲਾਂ ਵਾਲੀ ਦਰਬਾਰ ਮਸ਼ਹੂਰ ਹੈ। ਹੁਣ ਜਿਹੜਾ ਹੈ ਨਾ ਅਸਾਂ ਜੁਲਦੇ ਹਾਂ ਦਰਬਾਰ 'ਤੇ, ਤੁਹਾਨੂੰ ਦਰਬਾਰ ਦਾ ਵਿਊ ਕਰਵੇ ਸੋ, ਉਹ ਕੋਲੋਂ ਬਾਅਦ ਬੁਲਾ ਅਸਾਂ ਘਰ ਵਾਪਸੀ ਵੱਲੇ ਵੇਸੋ, ਬਿਲਾਲ ਹੁਸੈਨ ਕੋ ਵਾਪਸੀ ਮਿਲ ਕੇ। ਕਿਉਂ ਜੋ ਦਰਬਾਰ ਇਹਨਾਂ ਦੇ ਅਗਲੇ ਪਾਸੋਂ ਹੈ, ਇਹਨਾਂ ਦਾ ਦੁਕਾਨਾਂ ਜਿਹੜਾ ਨਾ ਪਿਛਲੇ ਚਾਕੇ 'ਚ ਹਨ ਪਈਆਂ, ਵੱਲ ਵਾਪਸੀ ਇਹਨਾਂ ਕੋ ਜ਼ਰੂਰ ਮਿਲ ਸੋ, ਔਰ ਉਹ ਕੋਲੋਂ ਬਾਅਦ ਘਰ ਲੱਗੇ ਵੇ ਸੋ। ਜੀ ਦੋਸਤੋ, ਇਹਦੇ ਦੇ ਪਏ ਹਜ਼ਰਤ ਮੀਰਾਂ ਸ਼ਾਹ ਹੁਸੈਨ ਦਰਬਾਰ, ਬਾਬਾ ਟੱਲਾਂ ਵਾਲੀ ਸਰਕਾਰ, ਇਹ ਦਰਬਾਰ 'ਤੇ ਅਸੀਂ ਪਹੁੰਚ ਗਏ ਹਾਂ। ਤੁਹਾਨੂੰ ਟੋਟਲ ਦਰਬਾਰ ਦਾ ਵਿਊ ਕਰਵੇਨੇ ਹੈ। ਇਹ ਦਰਬਾਰ ਦੇ ਖਲੀਫੇ ਹਨ ਪਏ, ਉੱਥਾਂ ਸਹਿਨ ਇਹ ਦਰਬਾਰ ਹੈ ਪਈ, ਔਰ ਇਹ ਕਬਰਸਤਾਨ ਵੀ ਹੈ ਨਾਲ, ਇਹ ਬਈਆਂ ਦਰਬਾਰਾਂ ਵੀ ਹਨ ਪਈਆਂ। ਇਹ ਸਾਈਡ ਦੇ ਉੱਤੇ ਟਿੱਬੇ ਹਨ, ਆਬਾਦੀ ਵੀ ਹੈ, ਟਿੱਬੇ ਵੀ ਹਨ। ਇਹ ਸਾਹਮਣੇ ਪੰਪ ਹੈ ਪਿਆ, ਅਲਹਮਦੁਲਿਲਾ ਰੌਣਕਾਂ ਹਨ। ਕੋਈ ਉਹ ਦੌਰ ਹਾਈ ਜੋ ਸੁੰਝ ਹੁੰਦੀ ਹੈ, ਲੇਕਿਨ ਹੁਣ ਤਾਂ ਬਿਹਤਰੀਨ ਸਿਸਟਮ ਹੈ ਸਹੀ। ਰੌਣਕ ਹੈ ਪਈ, ਰੌਣਕ ਹੀ ਰੌਣਕ ਹੈ। ਜ਼ਿਆਰਤ ਕਰੇਨੇ ਹੈ, ਉਸ ਤੋਂ ਬਾਅਦ ਵੱਲ ਵਾਪਸੀ ਕਰੇ ਸੂੰ, ਔਰ ਬਿਲਾਲ ਹੁਸੈਨ ਕੋਲੋਂ ਵਾਲਾ ਦੁਬਾਰਾ ਜੁਲਣਾ, ਉਹਦੇ ਕੋਲੋਂ ਜੁਲਸੂੰ ਇਨਸ਼ਾਅੱਲਾ। ਦੋਸਤੋ, ਅਸਾਂ ਦਰਬਾਰ ਤੋਂ ਥੀ ਆਏ ਹੈ, ਹੁਣ ਅਸਾਂ ਆਪਣੇ ਕਜ਼ਨ ਕੋਲੋਂ ਆਏ ਬੈਠੇ ਹੈ, ਉਹ ਆਪਣਾ ਦੇ ਕੰਮ ਕਰਦਾ ਬੈਠੇ, ਸਪੀਕਰ ਬਣਾਉਂਦਾ ਬੈਠੇ, ਸਾਰੇ ਨਾਲ ਬੱਟ ਵੀ ਲਾਈ ਬੈਠੇ। ਇਹ ਪਰਦੇ ਉਹ ਬਣਾਈ ਪਏ ਸਪੀਕਰ ਦੇ, ਗਾਹਕ ਉਹਦਾ ਆਏ ਉਹਦੇ ਪਰਦੇ ਸਪੀਕਰ ਦੇ ਖਰਾਬ ਹਨ, ਇਹ ਉਹ ਬਣਾਉਂਦਾ ਬੈਠੇ ਸਾਰੇ ਨਾਲ। ਇਹ ਅਸਾਂ ਖਟੜੇ 'ਤੇ ਬੈਠੇ ਹਾਂ, ਇੱਥੇ ਉਹ ਬਣਾਉਂਦਾ ਵੀ ਬੈਠੇ ਸਾਰੇ ਨਾਲ, ਬੱਟ ਵੀ ਲਾਈ ਬੈਠੇ। ਹੁਣ ਉੱਤੋਂ ਅੰਧਾਰਾ ਥੀਂਦਾ ਹੀ, ਅਸਾਂ ਆਖੇ ਵੀ ਜਿਹੜਾ ਨਾ ਆਪਣਾ ਆਖਰੀ ਕਲਾਮ ਦੋਸਤਾਂ ਦੇ ਅੱਗੋਂ ਕਰੂੰ, ਚਾਹ ਅੱਲਾ ਹਾਫਿਜ਼ ਕਰੂੰ। ਤਾਂ ਅਸਾਂ ਹੁਣ ਇਹ ਟਾਈਮ ਬਿਲਾਲ ਦੇ ਕੋਲੋਂ ਮੌਜੂਦ ਹੈ, ਮਜ਼ੀਦ ਬੱਟ ਛੱਟ ਲਏ ਸੂੰ, ਬੈਠੇ ਹਾਂ ਇੱਥੇ। ਉਡੋ ਡੀਂਹ ਲਾਹਣ ਵਾਲਾ ਹੈ, ਅੰਧਾਰਾ ਥੀਂਦਾ ਪਿਆ ਹੈ, ਬਿਲਾਲ ਆਪਣਾ ਕੰਮ ਕਰਦਾ ਬੈਠੇ। ਲਿਹਾਜ਼ਾ ਅਗਰ ਸਾਰੀ ਵੀਡੀਓ ਅੱਛੀ ਲੱਗੇ ਤੁਹਾਨੂੰ, ਇਨਾ ਗਾਲੀਂ ਦੇ ਉੱਤੇ ਆਪਣੀ ਵੀਡੀਓ ਦਾ ਐਂਡ ਕਰਦੇ ਪਏ। ਸਾਰੀ ਵੀਡੀਓ ਅੱਛੀ ਲੱਗੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨੇ, ਘੰਟੀ ਦੇ ਨਿਸ਼ਾਨ ਨੂੰ ਦਬਾਉਣੇ, ਤਾਂ ਕਿ ਸਾਡੀ ਆਉਣ ਵਾਲੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ। ਮਿਲ ਸੂੰ ਅਗਲੀ ਵੀਡੀਓ ਦੇ ਵਿੱਚ, ਉਤਨੇ ਤੱਕ ਅੱਲਾ ਹਾਫਿਜ਼।